नमस्कार ए आकाशवाणी चिलंदरे खबरन दे नाल मैं सरबजीत कौर पहला खास खबर लोकसभा चुनाव दे दूसरे गेड़ से कल करीब 64% से मतदान दर्ज कीता गया पोलिंग आम आमदौर ते शांतिपूर्ण रही प्रधानमंत्री ते भाजपा दे सीनियर नेता नरेंद्र मोदी ते कांग्रेस नेता प्रियंका गांधी वाड्रा आज महाराष्ट्र च प्रचार करेंगे ਜੰਮੂ ਕਸ਼ਮੀਰ ਵਿੱਚ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੁਪੂਰ ਦੇ ਨੌਪੂਰਾ ਖੇਤਰ ਵਿੱਚ ਕੱਲ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਦੋ ਦਰਸ਼ਕਦਗੜ ਮਾਰੇ ਗਏ ਚਾਰ ਤਾਮ ਯਾਤਰਾ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਕਰੀਬ 16 ਲੱਖ ਲੋਕਾਂ ਨੇ ਇਸ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾਈਏ ਤੇ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਗਰਜ ਨਾਲ ਬਿਜਲੀ ਚਮਕਣ ਤੇ ਮੀਂਹ ਤੇ ਨੇਰੀ ਝੱਖੜ ਝੁੱਲਣ ਦੀ ਪੇਸ਼ੀਨਗੋਈ ਕੀਤੀ ਹੈ ਲੋਕ ਸਭਾ ਚੋਣਾਂ ਦੇ ਦੂਜੇ ਗੇਟ 'ਚ ਕੱਲ ਕਰੀਵ 68% ਦੇ ਵੋਟਰਾਂ ਦਾ ਹਿੱਸਾ ਲਿਆ ਇਸ ਗੇਟ ਵਿੱਚ 88 ਲੋਕ ਸਭਾ ਸੀਟਾਂ ਦੇ ਵੋਟ ਪਈਆਂ ਨਾਗਰਿਕ ਜ਼ਿੰਮੇਵਾਰੀ ਅਤੇ ਮਾਣ ਦੇ ਸ਼ਾਨਦਾਰ ਵਿਖਾਲੇ ਵਿੱਚ ਤਪਦੀ ਗਰਮੀ ਦੇ ਬਾਵਜੂਦ ਵੱਖ-ਵੱਖ ਖੇਤਰਾਂ ਦੇ ਵੋਟਰਾਂ ਨੇ ਉਤਸ਼ਾਹ ਨਾਲ VOTING 'ਚ ਹਿੱਸਾ ਲਿਆ ਅਤੇ ਨਾਲ ਹੀ ਪੋਲਿੰਗ ਆਮ ਤੌਰ ਤੇ ਸ਼ਾਂਤੀਪੂਰਨ ਰਹੀ ਇਸ ਗੇੜ ਵਿੱਚ ਕੇਰਲ ਦੀਆਂ 20 ਸੀਟਾਂ ਕਰਨਾਟਕਾ ਦੀਆਂ 14 ਰਾਜਸਥਾਨ ਦੀਆਂ 13 ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਦੀਆਂ 8-8 ਮੱਧ ਪ੍ਰਦੇਸ਼ ਦੀਆਂ 6 ਸੀਟਾਂ ਅਸਾਮ ਅਤੇ ਬਿਹਾਰ ਦੀਆਂ 5-5 ਸੀਟਾਂ ਪੱਛਮੀ ਬੰਗਾਲ ਤੇ ਛੱਤੀਸਗੜ੍ਹ ਦੀਆਂ ਤਿੰਨ-ਤਿੰਨ ਸੀਟਾਂ ਤੇ ਮਨੀਪੁਰ, ਤ੍ਰਿਪੁਰਾ ਤੇ ਜੰਮੂ ਕਸ਼ਮੀਰ ਵਿੱਚ ਇੱਕ-ਇੱਕ ਸੀਟ ਤੇ VOTING ਹੋਈ। ਮੱਧ ਪ੍ਰਦੇਸ਼ ਤੇ ਬੈਤੁਲ ਸੰਸਦੀ ਹਲਕੇ ਲਈ VOTING ਜੋ ਕਿ ਦੂਜੇ ਗੇੜ ਵਿੱਚ ਹੋਣੀ ਸੀ, ਲਈ ਬਸਪਾ ਉਮੀਦਵਾਰ ਦੇ ਦਿਹਾਂਤ ਕਾਰਨ ਹੁਣ ਤੀਜੇ ਗੇੜ ਵਿੱਚ ਹੋਏਗੀ। ਚੋਣ ਕਮਿਸ਼ਨ ਨੇ ਕਿਹਾ ਕਿ 1 ਲੱਖ ਤੋਂ ਵੱਧ ਪੋਲਿੰਗ ਸਟੇਸ਼ਨਾਂ ਵਿੱਚ ਵੈਬਕਾਸਟਿੰਗ ਕੀਤੀ ਗਈ ਸੀ। ਕਮਿਸ਼ਨ ਨੇ ਕਿਹਾ ਕਿ ਛੱਤੀਸਗੜ੍ਹ ਦੇ ਬਸਤਰ ਡਿਵੀਜ਼ਨ ਦੇ 102 ਪਿੰਡਾਂ ਵਿੱਚ ਪਹਿਲੀ ਵਾਰ ਲੋਕ ਸਭਾ ਲਈ ਪੋਲਿੰਗ ਹੋਈ। ਇਸ ਨੇ ਹਾਸਲ ਹੋਰਤੇ ਕਮਜ਼ੋਰ ਕਬਾਇਲੀ ਸਮੂਹਾਂ ਬਜ਼ੁਰਗਾਂ ਨੌਜਵਾਨਾਂ ਅਤੇ ਪਹਿਲੀ ਵਾਰ ਦੇ ਔਰਤਾ ਅਤੇ ਤਾਸ ਜਨਰ ਵਿਚਕਾਰ VOTING ਦੀ ਸਹੂਲਤ ਲਈ ਵਿਸ਼ੇਸ਼ ਯਤਨ ਕੀਤੇ ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਜਿਨ੍ਹਾਂ ਪ੍ਰਮੁੱਖ ਉਮੀਦਵਾਰਾਂ ਦੀ ਸਿਆਸੀ ਕਿਸਮਤ EVM ਵਿੱਚ ਸੀਲ ਹੋ ਗਈ ਹੈ ਉਹਨਾਂ ਵਿੱਚ ਕੇਰਲ ਦੇ ਵਾਇਨਾਡ ਤੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਵਾਇਨਾਡ ਤੋਂ ਸੀਪੀਐਲ ਦੇ ਅਨੀਰਾਜ ਤਿਰਵਨੰਤਪੁਰਮ ਤੋਂ ਕੇਂਦਰੀ ਮੰਤਰੀ ਰਾਜੀਵ ਚੰ드 ਸ਼ੇਖਰ ਅਤੇ ਤਿਰਵਨੰਤਪੁਰਮ ਤੋਂ ਹੀ ਕਾਂਗਰਸ ਨੇਤਾ ਸ਼ਸ਼ੀ ਥਰੂਰ ਬੰਗਲੌਰੂ ਦੱਖਣੀ ਤੋਂ ਭਾਜਪਾ ਦੇ ਤਿਜਸਵੀ ਸੂਰਿਆ ਮਥੁਰਾ ਤੋਂ ਭਾਜਪਾ ਉਮੀਦਵਾਰ ਹੀਮਾ ਮਾਲਨੀ ਸ਼ਾਮਲ ਨੇ ਹੋਰ ਮੁੱਖ ਉਮੀਦਵਾਰਾਂ ਵਿੱਚ ਮੇਰਟ ਤੋਂ ਭਾਜਪਾ ਦੇ ਅਰुण ਗੋਵਿਲ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚ ਡੀ ਕੁਮਾਰ ਸੁਆਮੀ ਮੰਡਿਆ ਤੋਂ ਅਤੇ ਪੂਰਨੀਆਂ ਤੋਂ ਪੱਪੂ ਯਾਦਵ ਸ਼ਾਮਲ ਨੇ ਪ੍ਰਧਾਨ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਨਰੇਂਦਰ ਮੋਦੀ ਅੱਜ ਸ਼ਾਮ ਕਰੀਬ 5 ਵਜੇ ਕੋਲਾਪੁਰ ਸ਼ਹਿਰ ਦੇ ਤੱਪੂਵਨ ਮੈਦਾਨ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ ਸ਼੍ਰੀ ਮੋਦੀ ਕੋਲਾਪੁਰ ਹਲਕੇ ਤੋਂ ਮਹਾਯੁਤੀ ਦੇ ਉਮੀਦਵਾਰ ਸੰਜੇ ਮੰਡਲੇ ਕਤੇ ਹਟ ਕਾਨੰਗਲੇ ਤੋਂ ीरियशील मानने प्रचार कांग्रेस ने शिवसेना के मौजूदा संसद मैंबर संजय मंडलिक खिलाफ कोलापुर शाही परिवार के वंशज छत्रपति शाहू महाराज न ਮੈਦਾਨ ਵਿੱਚ ਉਤਰਿਆ ਇਸ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਪਾਰਟੀ ਦੇ ਉਮੀਦਵਾਰ ਡਾਕਟਰ ਸ਼ਿਵਾਜੀ ਕਾਲਗੇਦੀ ਹਮਾਇਤ ਵਿੱਚ ਲਾਤੂਰ ਜ਼ਿਲ੍ਹੇ ਵਿੱਚ ਪ੍ਰਚਾਰ ਕਰਨਗੇ ਰੈਲੀ ਉਦਗੀਰ ਸ਼ਹਿਰ ਵਿੱਚ ਦੁਪਹਿਰ ਬਾਅਦ 3 ਵਜੇ ਦੇ ਕਰੀਬ ਹੋਣੀ ਹੈ ਲਾਤੂਰ ਚ ਭਾਰਤੀ ਜਨਤਾ ਪਾਰਟੀ ਨੇ ਮੌਜੂਦਾ ਸੰਸਦ ਮੈਂਬਰ ਸੁਦਾਕਰ ਸ਼ੰਗਾਰੇ ਨੂੰ ਡਾਕਟਰ ਸ਼ਿਵਾਜੀ ਕਾਲਗੇਦੇ ਖਿਲਾਫ ਉਮੀਦਵਾਰ ਬਣਾਇਆ ਕੋਲਾਪੁਰ ਹਤਕਾਨੰਗਲੇ ਅਤੇ ਲਾਤੂਰ ਲੋਕ ਸਭਾ ਸੀਟਾਂ ਤੇ ਤੀਜੀ ਗੇਟ ਦੇ ਸਤ ਮਹੀਨوں ਵੋਟਾਂ ਪੈਣਗੀਆਂ ਗੁਜਰਾਤ ਵਿੱਚ ਚੋਣ ਪ੍ਰਚਾਰ ਨੇ ਜ਼ੋਰ ਫੜ ਲਿਆ ਹੈ ਭਾਜਪਾ ਦੇ ਸੀਨੀ ਨੇਤਾ ਅਮਿਤ ਸ਼ਾਹ ਤੇ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਟਰਾ ਅੱਜ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਵਿੱਚ ਪ੍ਰਚਾਰ ਕਰਨਗੇ ਪੂਰੇ ਰਾਜ ਵਿੱਚ 7 ਮਈ ਨੂੰ ਵੋਟਾਂ ਪੈਣਗੀਆਂ ਭਾਜਪਾ ਦੇ ਸੀਨੀ ਨੇਤਾ ਅਮਿਤ ਸ਼ਾਹ ਅੱਜ ਪੋਰਵੰਦਰ ਫਰੂਚ ਅਤੇ ਪੰਚਮਾਹਲ ਚ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਤਿੰਨ ਰੈਲੀਆਂ ਨੂੰ ਸੰਬੋਧਨ ਕਰਨਗੇ ਸ਼ਾਮ ਨੂੰ ਸ਼੍ਰੀ ਸ਼ਾਹ ਬਡੋਤਰਾ ਵਿੱਚ ਰੋਡ ਸ਼ੋਅ ਕਰਨਗੇ ਦੂਜੇ ਪਾਸੇ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਦੱਖਣੀ ਗੁਜਰਾਤ ਵਿੱਚ ਪਹਿਲੀ ਵਾਰ ਚੋਣ ਪ੍ਰਚਾਰ ਕਰਨਗੇ ਉਹ ਅੱਜ ਬਲਸਾੜ ਜ਼ਿਲ੍ਹੇ ਦੇ ਧਰਮਪੁਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ ਸੀਨੀਅਰ ਕਾਂਗਰਸੀ ਨੇਤਾ ਮੁਕਲ ਵਸਨੀਕ ਅਤੇ ਸੁਭਾ ਕਾਂਗਰਸ ਆਗੂ ਸ਼ਕਤੀ ਸਿੰਘ ਗੋਹਿਲ ਵੀ ਅੱਜ ਕਾਂਗਰਸ ਦੇ ਚੋਣ ਪ੍ਰਚਾਰ ਵਿੱਚ ਹਿੱਸਾ ਲੈਣਗੇ ਲੋਕ ਸਭਾ ਚੋਣਾਂ ਦੇ 5ਵੇਂ ਗੇੜ ਲਈ ਨੋਟੀਫਿਕੇਸ਼ਨ ਕੱਲ ਜਾਰੀ ਕਰ ਦਿੱਤਾ ਗਿਆ ਹੈ ਇਸ ਸਕੇਡ ਵਿੱਚ 6 ਸੂਬਿਆਂ ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 49 ਲੋਕ ਸਭਾ ਸੀਟਾਂ ਲਈ ਚੋਣਾਂ ਹੋਣਗੀਆਂ 5ਵੇਂ ਗੇੜ ਵਿੱਚ ਉੱਤਰ ਪ੍ਰਦੇਸ਼ ਦੀਆਂ 14 ਮਹਾਰਾਸ਼ਟਰ ਦੀਆਂ 13 ਪశ్ਚੀ ਬੰਗਾਲ ਦੀਆਂ 7 ਉੜੀਸਾ ਤੇ ਬਿਹਾਰ ਦੀਆਂ 5-5 ਸੀਟਾਂ ਝਾਰਖੰਡ ਦੀਆਂ 3 ਸੀਟਾਂ ਤੇ ਜੰਮੂ ਕਸ਼ਮੀਰ ਤੇ ਲਦਾਖ ਦੀ ਇੱਕ ਸੀਟ ਲਈ VOTING ਹੋਏਗੀ ਇਹ ਖਬਰ ਤੁਸੀਂ ਆਕਾਸ਼ ਵਾਣੀ ਜਲੰਧਰ ਤੋਂ ਸੁਣ ਰਹੇ ਹੋ ਕੇਂਦਰ ਪ੍ਰਬੰਧਿਤ ਪ੍ਰਦੇਸ਼ Jammu Kashmir ਵਿੱਚ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਦੇ ਨਾਪੋਰਾ ਖੇਤਰ ਵਿੱਚ ਕੱਲ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਦੋ دہشتਗਰਦ ਮਾਰੇ ਗਏ ਮਾਰੇ ਗਏ دہشتਗਰਦਾਂ ਦੀ ਪਛਾਣ ਕੀਤੀ ਜਾ ਰਹੀ ਹੈ ਇਨ੍ਹਾਂ ਦੇ ਕਬਜ਼ੇ ਤੋਂ ਹਥਿਆਰ ਅਤੇ ਗੋਲੀ ਸਿੱਕੇ ਸਮੇਤ ਪ੍ਰਾਦਕ ਸਮੱਗਰੀ ਬਰਾਮਦ ਕੀਤੀ ਗਈ ਹੈ ਪੁਲਿਸ ਫੌਜ ਅਤੇ SIT ਵਿਵਦਿਕ ਸੰਜੀਟੀਮ ਨੇ ਨਾਪੋਰਾ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਵੀਰਵਾਰ ਨੂੰ ਇਹ ਮੁਕਾਬਲਾ ਸ਼ੁਰੂ ਹੋ ਗਿਆ ਉਪ ਰਾਸ਼ਟਰਪਤੀ ਜਗਦੀਪ ਤਨਖੜ ਨੇ ਕਿਹਾ ਕਿ ਸੰਸਕ੍ਰਿਤ ਬ੍ਰਹਮਤਾ ਦੀ ਭਾਸ਼ਾ ਹੈ ਤੇ ਸਾਡੀ ਅਤਿ ਆਤਮਿਕਤਾ ਤੇ ਬ੍ਰਹਮ ਨਾਲ ਜੁੜਨ ਦੀ ਕੋਸ਼ਿਸ਼ ਵਿੱਚ ਇੱਕ ਪਵਿੱਤਰ ਪੁਲ ਦਾ ਕੰਮ ਕਰਦੀ ਏ। ਕੱਲ ਤਿਰੁਪਤੀ ਵਿੱਚ ਰਾਸ਼ਟਰੀ ਸੰਸਕ੍ਰਿਤ ਯੂਨੀਵਰਸਿਟੀ ਦੇ ਤੀਜੇ ਗ੍ਰੈਨਵੇਕੇਸ਼ਨ ਨੂੰ ਸੰਬੋਧਨ ਕਰਦੇ ਆ ਉਹਨਾਂ ਸੰਸਕ੍ਰਿਤ ਨੂੰ ਤੂਫਾਨ ਵਿੱਚ ਮਨੁੱਖੀ ਸਭਿਅਤਾ ਲਈ ਇੱਕ ਸਭਿਆਚਾਰਕ ਬੁਨਿਆਦ ਦੱਸਿਆ ਭਾਰਤੀ ਗਿਆਨ ਪ੍ਰਣਾਲੀਆਂ ਦੀ ਪੁਨਰ ਸੁਰਜੀਤੀ ਅਤੇ ਵਿਸਾਰ ਵਿੱਚ ਰਾਸ਼ਟਰੀ ਸੰਸਕ੍ਰਿਤ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਦੀ ਭੂਮਿਕਾ ਤੇ ਜ਼ੋਰ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਨਵੀਨਤਾਕਾਰੀ ਪਾਠਕ੍ਰਮ ਵਿਕਸਿਤ ਕਰਨ ਅਤੇ ਅੰਤਰ ਅਨੁਸ਼ਾਸਨੀ ਖੋਜ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ ਤਾਂ ਜੋ ਸੰਸਕ੍ਰਿਤ ਦੀ ਅਮੀਰ ਵਿਰਾਸਤ ਅਤੇ ਆਧੁਨਿਕ ਅਕਾਦਮਿਕ ਜ਼ਰੂਰਤਾਂ ਵਿਚਕਾਰ ਪਾੜੇ ਨੂੰ ਪੂਰਾ ਕੀਤਾ ਜਾ ਸਕੇ। ਭਾਰਤੀ ਹਵਾਈ ਫੌਜ ਆਈਏਐਫ ਅਤੇ ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਨਵੀਂ ਦਿੱਲੀ ਦੇ ਵਾਯੂਪਵਨ ਵਿਖੇ ਡਿਜੀ ਲੋਕਰ ਦੀਆਂ ਸੁਰੱਖਿਅਤ ਅਤੇ ਪਹੁੰਚਯੋਗ ਦਸਤਾਵੇਜ਼ ਭੰਡਾਰ ਸੇਵਾਵਾਂ ਦਾ ਲਾਭ ਉਠਾਉਣ ਲਈ ਇੱਕ ਸਹਿਮਤੀ ਪੱਤਰ ਐਮਓਯੂ ਤੇ ਦਸਤਖਤ ਕੀਤੇ ਨੇ ਇਸ ਐਮਓਯੂ ਦੇ ਨਾਲ ਹਵਾਈ ਫੌਜ ਡਿਜੀ ਲੋਕਰ ਪਲੇਟਫਾਰਮ ਦੇ ਨਾਲ ਸੰਗਠਿਤ ਹੁੰਦਿਆਂ ਇੱਕ ਪਰਿਵਰਤਨਸ਼ੀਲ ਡਿਜੀਟਲ ਯਾਤਰਾ ਦੀ ਸ਼ੁਰੂਆਤ ਕਰੇਗੀ ਇਹ ਡਿਜੀਟਲ ਇੰਡੀਆ ਪ੍ਰੋਗਰਾਮ ਦੇ ਤਹਿਤ ਇੱਕ ਪ੍ਰਮੁੱਖ ਪਹਿਲ ਕਦਮੀ ਹੈ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਇਹ ਏਕੀਕਰਨ ਭਾਰਤੀ ਹਵਾਈ ਫੌਜ ਦੀ ਸੇਵਾ ਵਿੱਚਲੇ ਅਤੇ ਇਹ ਬਹੁਤ ਦੋਹਾਂ ਤਰ੍ਹਾਂ ਦੇ ਮੁਲਾਜ਼ਮਾਂ ਦੇ ਅਹਿਮ ਸੇਵਾ ਦਸਤਾਵੇਜ਼ਾਂ ਦੀ ਵਰਤੋਂ ਦੇ ਤਰੀਕੇ ਵਿੱਚ ਕ੍ਰਾਂਤੀ ਲਿਆਏਗਾ ਮੰਤਰਾਲੇ ਨੇ ਕਿਹਾ ਕਿ ਹੁਣ ਅਧਿਕਾਰਤ ਆਈਏਐਫ ਵਿਭਾਗ ਅਤੇ ਡਿਵੀਜ਼ਨ ਸੁਰੱਖਿਅਤ ਸਟੋਰੇਜ ਅਤੇ ਆਸਾਨ ਪਹੁੰਚਯੋਗਤਾ ਨੂੰ ਯਕੀਨੀ ਬਣਾਉਂਦੇ ਹੋਏ ਰਾਸ਼ਟਰੀ ਡਿਜੀ ਲੋਕਰ ਰਿਪੋਜ਼ਿਟਰੀ ਤੇ ਡਿਜੀਟਲ ਰਿਕਾਰਡ ਸਰਟੀਫਿਕੇਟ ਅਤੇ ਅਹਿਮ ਦਸਤਾਵੇਜ਼ਾਂ ਨੂੰ ਸੱਜ ਹੀ ਅਪਲੋਡ ਕਰਨ ਦੇ ਯੋਗ ਹੋਣਗੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਚਾਰ ਤਾਮ ਯਾਤਰਾ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਅਤੇ ਕਰੀਬ 16 ਲੱਖ ਲੋਕਾਂ ਨੇ ਸਿਆਤਰਾ ਲਈ ਰਜਿਸਟ੍ਰੇਸ਼ਨ ਕਰਵਾਈ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਣਾ ਕਿਹਾ ਕਿ ਯਾਤਰਾ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਸੜਕਾਂ, ਟ੍ਰਾਂਸਪੋਰਟ ਸਿਸਟਮ, ਪਾਰਕਿੰਗ, ਹੋਟਲ ਤੋਂ ਅਭਿਆਰਣ, ਰੈਸਟੋਰੈਂਟ ਅਤੇ ਪੁਲਿਸ, ਟ੍ਰੈਫਿਕ ਸਿਸਟਮ ਸਮੇਤ ਜਿੱਥੇ ਵੀ ਸੁਧਾਰ ਦੀ ਜ਼ਰੂਰਤ ਸੀ ਸਭ ਤੇ ਚਰਚਾ ਕੀਤੀ ਗਈ ਹੈ ਚਾਰਤਾਂ ਯਾਤਰਾ 2026 ਦੀਆਂ ਤਿਆਰੀਆਂ ਸੰਬੰਧੀ ਸਖਤ ਤਰੀਕ ਵਿਖੇ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਯਾਤਰਾ ਦੌਰਾਨ ਯਾਤਰਾ ਮਾਰਗਾਂ ਤੇ ਬਿਜਲੀ ਪਾਣੀ ਅਤੇ ਸੜਕਾਂ ਦੇ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਚਾਰਤਾਂ ਯਾਤਰਾ ਚਾਰ ਪਵਿੱਤਰ ਸਥਾਨਾ ਯਮਨੋਤਰੀ ਗੰਗੋਤਰੀ ਕੇਦਾਰਨਾਥ ਅਤੇ ਬਦਰੀਨਾਥ ਦੀ ਤੀਰਥ ਯਾਤਰਾ ਹੈ ਕੋਮਾਂਤ੍ਰਿਬੌਦਿਕ ਸੰਪਤਾ ਅਧਿਕਾਰ ਦਿਵਸ ਦੇ ਮੌਕੇ ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵੱਲੋਂ ਨਵੀਨਤਾ ਤੇ ਸਿਰਜਣਾਤਮਕਤਾ ਦੇ ਪ੍ਰਵਿੱਖ ਦਿosauri ਲਈ ਬੌਦਿਕ ਸੰਪਤਾ ਤੇ ਸਥਾਈ ਵਿਕਾਸ ਦੇ ਟੀਚੇ ਵਿਸ਼ੇ ਤੇ ਇੱਕ ਸੈਮੀਨਾਰ ਕਰਵਾਇਆ ਗਿਆ ਪੰਜਾਬ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਕੋਈ 200 ਵਿਦਿਆਰਥੀਆਂ ਤੇ ਅਧਿਆਪਕਾਂ ਨੇ ਇਸ ਵਿੱਚ ਹਿੱਸਾ ਲਿਆ ਸਾਇੰਸ ਸਿਟੀ ਦੇ ਡਾਇਰੈਕਟਰ ਡਾਕਟਰ ਰਾਜੇਸ਼ ਗਰੋਵਰ ਨੇ ਆਪਣੇ ਸੰਬੋਧਨ ਵਿੱਚ ਅਜੋਕੇ ਵਿਸ਼ੂਪਦਰੀ ਅਰਥਚਾਰੇ ਵਿੱਚ ਵਿਚਾਰਾਂ ਯੁਕਤਾ ਤੇ ਰਚਨਾਵਾਂ ਦੀ ਸੁਰੱਖਿਆ ਦੇ ਵਿਸ਼ੇ ਤੇ ਜ਼ੋਰ ਦਿੱਤਾ ਉਹਨਾਂ ਨੇ ਕਿਹਾ ਕਿ ਬੌਦਿਕ ਸੰਪਤਾ ਦਾ ਅਧਿਕਾਰਿਕ ਹੈ ਕਿ ਜ ਅਧਿਕਾਰ ਹੈ ਜਿਸ ਅਨੁਸਾਰ ਇਜਾਜ਼ਤ ਤੋਂ ਬਿਨਾ ਕੋਈ ਵੀ ਵਿਅਕਤੀ ਤੁਹਾਡੀ ਸੰਪਤੀ ਦੀ ਵਰਤੋਂ ਨਹੀਂ ਕਰ ਸਕਦਾ ਉਹਨਾਂ ਟ੍ਰੇਡਮਾਰਕ ਕਾਪੀਰਾਈਟ ਪੇਟੈਂਟ ਅਤੇ ਵਪਾਰ ਆਦਿ ਵਿੱਚ ਬੌਧਿਕ ਸੰਪਤੀਆਂ ਦੇ ਅਧਿਕਾਰ ਦੀ ਅਹਿਮੀਅਤ ਤੇ ਝਾਣਨਾ ਪਿਆ। ਮੌਸਮ ਵਿਭਾਗ ਨੇ ਅੱਜ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਮੀਂਹ ਅਤੇ ਹਨੇਰੀ ਚੱਕਰ ਚੁਲਣ ਦੀ ਪੇਸ਼ੀਨਗੋਈ ਕੀਤੀ ਹੈ ਵਿਭਾਗ ਮੁਤਾਬਕ ਮੌਸਮ ਵਿੱਚ ਇਹ ਤਬਦੀਲੀ ਸਰਗਰਮ ਪੱਛਮੀ ਗੜਬੜੀ ਕਾਰਨ ਹੋ ਰਹੀ ਹੈ ਇਸ ਦੇ ਪ੍ਰਭਾਵ ਨਾਲ ਪੰਜਾਬ ਵਿੱਚ ਅੱਜ ਅਤੇ ਕੱਲ ਕੁਝ ਥਾਵਾਂ ਤੇ ਜਦਕਿ 29 ਤੇ 30 ਅਪ੍ਰੈਲ ਨੂੰ ਵੀ ਕਿਸੇ ਕਿਸੇ ਥਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ ਅੱਜ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ ਤੇ ਗਰਜ ਤੂਫਾਨ ਦੇ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵਗਣ ਦੀ ਪੇਸ਼ੀਨ ਕੋਈ ਵੀ ਕੀਤੀ ਗਈ ਹੈ ਵਿਭਾਗ ਨੇ ਪੰਜਾਬ ਤੇ ਹਰਿਆਣਾ ਚ ਕੁਝ ਥਾਵਾਂ ਤੇ ਗੜੇਮਾਰੀ ਹੋਣ ਦੀ ਸੰਭਾਵਨਾ ਜਤਾਈ ਹੈ ਇਸ ਮੌਸਮ ਨੂੰ ਦੇਖਦੇ ਕਿਸਾਨਾਂ ਨੂੰ ਆਪਣੀ ਕੱਟੀ ਹੋਈ ਫਸਲ ਨੂੰ ਸੁਰੱਖਿਅਤ ਥਾਂ ਤੇ ਰੱਖਣ ਅਤੇ ਸਿੰਜਾਈ ਖਾਦਾਂ ਤੇ ਕੀਟਨਾਸ਼ਕਾਂ ਦੇ ਵਰਤੋਂ ਨੂੰ ਅੱਗੇ ਪਾਉਣ ਦੀ ਅਪੀਲ ਕੀਤੀ ਗਈ ਹੈ ਕੱਲ ਰਾਤ ਵੀ ਜਲੰਧਰ ਸਮੇਤ ਕਈ ਥਾਵਾਂ ਤੇ ਹਨੇਰੀ ਚਖੜ ਆਇਆ ਤੇ ਮੀਂਹ ਪਿਆ ਕਈ ਥਾਵਾਂ ਤੇ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਤੇ ਕਿਸਾਨਾਂ ਦੀਆਂ ਫਸਲਾਂ ਤੇ ਵੀ ਅਸਰ ਪਿਆਏ ਆਖਿਰ ਵਿੱਚ ਖਾਸ ਖਬਰਾਂ ਇੱਕ ਵਾਰ ਫੇਰ ਲੋਕ ਸਵਾ ਚੋਣਾਂ ਦੇ ਦੂਜੇ ਗੇਟ ਚ ਕੱਲ ਕਰੀਬ 61% ਮਤਦਾਨ ਦਰਸ਼ਕੀਤਾ ਗਿਆ ਪੋਲਿੰਗ ਆਮ ਤੌਰ ਤੇ ਸ਼ਾਂਤੀਪੂਰਨ ਰਹੀ ਪ੍ਰਧਾਨ ਮੰਤਰੀ ਦੇ ਪਾਰਸ਼ਪਤੀ ਸੀਨੀਅਰ ਨੇਤਾ ਨਰਿੰਦਰ ਮੋਦੀ ਅਤੇ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵੜਾ ਅੱਜ ਮਹਾਰਾਸ਼ਟਰ ਚੋਣ ਪ੍ਰਚਾਰ ਕਰ ਰਹੇ ਹੈ ਜੰਮੂ ਕਸ਼ਮੀਰ ਵਿੱਚ ਉਤਰੀ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦੇ ਸੋਪੋਰ ਦੇ ਨੌਪੋਰਾ ਖੇਤਰ ਵਿੱਚ ਕੱਲ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਦੋ دہشتਗਰਦ ਮਾਰੇ ਗਏ ਨੇ ਚਾਰ ਤਾਮ ਯਾਤਰਾ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਕਰੀਬ 16 ਲੱਖ ਲੋਕਾਂ ਨੇ ਇਸ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾਈਏ ਇਸ ਦੇ ਨਾਲ ਹੀ ਆਕਾਸ਼ ਵਾਣੀ ਜਲੰਧਰ ਤੋਂ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਨਮਸਕਾਰ